ਸ਼ਿਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋ ਬਿਲਕੁਲ ਠੀਕ ਹੋਵੋਗੇ ਅੱਜ ਆ 13 ਅਪ੍ਰੈਲ ਔਰ ਵਿਸਾਖੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੈਪੀ ਵਿਸਾਖੀ ਆਲ ਆਫ ਯੂ ਤੇ ਜਿਵੇਂ ਕਿ ਤੁਹਾਨੂੰ ਪਤਾ ਦੇਖ ਲਿਆ ਹੁਣ ਅੰਦਾਜ਼ਾ ਲਾ ਲਿਆ ਹੋਣਾ ਮੈਂ ਇੱਥੇ ਆਟੋ ਦਾ ਵੇਟ ਕਰਦੀ ਪਈ ਹਾਂ ਕਿਉਂਕਿ ਅਸੀਂ ਚੱਲੇ ਮਾਰਕੀਟ ਮੈਂ ਅਤੇ ਮੇਰੀ ਸਿਸਟਰ ਦੋਨੋਂ ਮਤਲਬ ਸੱਚੀ ਗੱਲ ਹੈ ਰੋਜ਼ ਜਾਂਦੇ ਹਾਂ ਤਾਂ ਵੀ ਸਾਡੇ ਕੰਮ ਨਹੀਂ ਖਤਮ ਹੁੰਦੇ ਪਏ ਅੱਜ ਕੋਸ਼ਿਸ਼ ਕਰਨੀ ਕਿ ਸਾਰੇ ਕੰਮ ਹੋ ਜਾਣ ਕੱਲ੍ਹ ਨੂੰ ਫਿਰ ਸਗਨ ਆ 15 ਦੀ ਬਰਾਤ ਅਤੇ 16 ਦਾ ਰਿਸੈਪਸ਼ਨ ਅਤੇ ਅੱਜ ਇਹਦੇ 'ਚ ਹੀ ਮੈਂ ਹਲਦੀ ਵਾਲਾ ਵਲੋਗ 'ਚ ਹੀ ਐਡ ਕਰੂੰ ਬਣੇ ਰਹੋ ਅਤੇ ਜਿਹੜਾ ਵੀ ਮੇਰੇ ਚੈਨਲ 'ਤੇ ਨਿਊ ਆਉਂਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਅਤੇ ਪਲੀਜ਼ ਆਪਣੀ ਰਾਏ ਜ਼ਰੂਰ ਦੱਸਿਆ ਕਰੋ ਸਾਡੀ ਈ ਰਿਕਸ਼ਾ ਆ ਚੁੱਕੀ ਹੈ ਆ ਗਈ ਹੈ ਹਾਂਜੀ ਲਕਸਰ ਓਕੇ ਚਲੋ ਜੀ ਹੁਣ ਉੱਥੇ ਪਹੁੰਚ ਕੇ ਤੁਹਾਨੂੰ ਮਿਲਦੇ ਹਾਂ ਪਹੁੰਚ ਗਏ ਲਕਸਰ ਅਤੇ ਭਰਾ ਦੀਆਂ ਨਾ ਸ਼ਰਟਾਂ ਦਿੱਤੀਆਂ ਸੀ ਇੱਥੇ ਉਹ ਲੈਣ ਲੱਗੇ ਹਾਂ ਚੁੰਨੀ ਇਸ ਤਰ੍ਹਾਂ ਤਾਂ ਲਈ ਹੈ ਕਿਉਂਕਿ ਫਿਰ ਬਸ ਸਮਝ ਜਾਓ ਸਮਝਣ ਵਾਲੇ ਸਮਝ ਜਾਣਗੇ ਕਿਉਂ ਲਈ ਹੈ ਸ਼ਰਟਾਂ ਲੈ ਕੇ ਉਸ ਤੋਂ ਬਾਅਦ ਭਾਬੀ ਦੀ ਚੁੰਨੀ ਲੈਣੀ ਹੈ ਬਹੁਤ ਨਿੱਕੇ ਨਿੱਕੇ ਕੰਮ ਸੱਚੀ ਮੈਨੂੰ ਲੱਗਦਾ ਵਿਆਹ ਤੱਕ ਇੱਦਾਂ ਹੀ ਰਹਿਣੇ ਆ ਹੋ ਰਹੀ ਹੈ ਅਤੇ ਫਿਰ ਔਰ ਅੱਜ ਦਾ ਮੇਰਾ ਸੂਟ ਇਹ ਹੈ ਵਾਈਟ ਐਂਡ ਗਾਜਰੀ ਜਿਹਾ ਕਰੀਮ ਆ ਔਰ ਗਾਜਰੀ ਅੰਕਲ ਕੋਲੋਂ ਅਸੀਂ ਕੱਪੜੇ ਪ੍ਰੈੱਸ ਕੀਤੇ ਸੀ ਹੁਣ ਲੈ ਚੱਲੇ ਇੱਥੇ ਆਪਾਂ ਦੇਖੇ ਨਹੀਂ ਹੁਣ ਘਰੇ ਜਾ ਕੇ ਦੇਖਾਂਗੇ ਕੱਪੜੇ ਦਿੱਤੇ ਸੀ ਪ੍ਰੈੱਸ ਕਰਨ ਲਈ ਉਹ ਅਸੀਂ ਲੈ ਲਏ ਨੇ ਔਰ ਹੁਣ ਜਾਣਾ ਅਸੀਂ ਕਿਤੇ ਬਸ ਸਾਡਾ ਲਗਭਗ ਕੰਮ ਹੋ ਹੀ ਗਿਆ ਨਾ ਸਾਰਾ ਹੋ ਕੇ ਆਇਆ ਸਾਡਾ ਕੰਮ ਬਟ ਫਿਰ ਵੀ ਕੋਈ ਨਾ ਕੋਈ ਰਹਿ ਹੀ ਜਾਂਦਾ ਆ ਹੁਣ ਜਾ ਕੇ ਮਿਲਦੇ ਹਾਂ ਕਿਤੇ ਅਜੇ ਇਸ ਟਾਈਮ ਨਾ ਰਸ਼ ਘੱਟ ਆ ਚੂੜੀਆਂ ਵਾਲੀ ਦੁਕਾਨ ਤੇ ਬੈਠੇ ਹੋਏ ਆ ਸਿਸਟਰ ਨੇ ਦੇਖਣੀਆਂ ਚੂੜੀਆਂ ਮੇਰਾ ਤੇ ਹੋ ਗਿਆ ਆ ਤੇ ਉਹ ਸਾਈਡ ਤੇ ਵਹਿੰਦੀ ਪਈ ਹੈ ਉਹਨੂੰ ਨਹੀਂ ਪਤਾ ਇੱਦਾਂ ਹੀ ਮੈਂ ਕੈਪਚਰ ਕਰੂੰਗੀ ਉਹਨੂੰ ਉਹ ਖੜੀ ਹੈ ਦੂਰ ਆ ਜਦੋਂ ਨੇੜੇ ਆਏਗੀ ਨਾ ਫਿਰ ਵਿਖਾਉਂਗੀ ਇੱਦਾਂ ਹੀ ਥੋੜ੍ਹਾ ਨਾ ਉਹ ਸ਼ਰਮਾਉਂਦੀ ਹੈ ਕੈਮਰੇ 'ਤੇ ਆਉਣ ਤੋਂ ਨਾ ਇੱਦਾਂ ਵੀਡੀਓ 'ਚ ਤਾਂ ਕਰਕੇ ਫਿਰ ਮੈਂ ਜ਼ਿਆਦਾ ਜ਼ੋਰ ਵੀ ਨਹੀਂ ਲਾਉਂਦੀ ਕਿ ਆਓ ਬਾਅਦ ਵਿੱਚ ਕੋਸ਼ਿਸ਼ ਕਰੂੰਗੀ ਕਿ ਅੱਜ ਹਲਦੀ ਦੇ ਵਿੱਚ ਸਾਰੀਆਂ ਆਪਕੀ ਬਣਾਈ ਹੋਈ ਹੈ ਪਹਿਲੇ ਵੀ ਕਿ ਮੈਂ ਯਹਾਂ ਸੇ ਲੈ ਕੇ ਗਈ ਹਾਂ ਚੂੜੀਆਂ ਹਾਂਜੀ ਮੈਨੇ ਬਣਾਈ ਹੈ ਔਰ ਬਹੁਤ ਅੱਛੀ ਚੂੜੀਆਂ ਮਿਲਤੀ ਹੈ ਯਹਾਂ ਸੇ ਸਾਰੀ ਚੂੜੀਆਂ ਮੈਂ ਯਹੀਂ ਸੇ ਲੈ ਗਏ ਹਾਂ ਇਨਸੇ ਹਾਂਜੀ ਘਰੇ ਆ ਗਏ ਹਾਂ ਹੁਣ ਹਲਦੀ ਵਾਸਤੇ ਰੈਡੀ ਹੋ ਗਏ ਹਾਂ ਮੇਰਾ ਸੂਟ ਆ ਲੈਮਨ ਕਲਰ ਦਾ ਔਰ ਮੈਂ ਇਹ ਵਾਲੇ ਈਅਰਿੰਗ ਪਾਏ ਆ ਅੱਜ ਮੈਂ ਜ਼ਿਆਦਾ ਕੁਛ ਨਹੀਂ ਕੀਤਾ ਆ ਕਿਉਂਕਿ ਮੰਨਤ ਆ ਜਾ ਔਰ ਨਾਲ ਮੰਨਤ ਦਾ ਡਾਰਕ ਯੈਲੋ ਮੇਰਾ ਲਾਈਟ ਲੈਮਨ ਆ ਜਾ ਰਾਜ ਔਰ ਅੱਜ ਦਾ ਰਾਜ ਵੀ ਆ ਗਈ ਹੈ ਠੀਕ ਹੈ ਸਾਰੇ ਰੈਡੀ ਹੋ ਚੁੱਕੇ ਹੁਣ ਜਿਹੜੀ ਰਸਮ ਹੋਏਗੀ ਉਹ ਵੀ ਦਿਖਾਵਾਂਗੇ ਤੁਹਾਨੂੰ ਦੱਸਿਓ ਕਿਵੇਂ ਦੀ ਲੱਗਦੀ ਤਾਂ ਇਹ ਸਾਰੀਆਂ ਮੇਰੀਆਂ ਭੈਣਾਂ ਨਹੀਂ ਭਰਜਾਈ ਭੈਣ 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 ਭਰਜਾਈ ਬੈਠੀ ਸਾਰੀਆਂ ਆਂਟੀਆਂ ਬੈਠੀਆਂ ਹੋਈਆਂ ਆ ਹਾਂਜੀ ਰਾਜ ਅਸੀਂ ਰੈਡੀ ਆ ਹੁਣ ਬਿਲਕੁਲ ਬਸ ਹੁਣ ਸ਼ੁਰੂ ਹੋ ਜਾਏ ਕੰਮ ਫਿਰ ਜੰਨਤ ਦੀ ਬਣਾਉਣਗੀਆਂ ਵੀਡੀਓ ਅਤੇ ਪੈਸੇ ਵੀ ਰੱਖੂਗੀ ਹਾਂ ਸਾਡੀ ਭੂਆ ਇਹਨੇ ਸਾਰਾ ਕਰਾਉਣਾ ਆ ਚਾਚੀ ਕਾਲੀ ਸੀਗੀ ਮੰਮੀ ਆ ਰਾਮ ਨੂੰ ਬਹਿ ਜਾਓ ਬਹਿ ਕੇ ਕਰੋ ਇਧਰ ਸਾਹਮਣੇ ਬਹਿ ਕੇ ਕਰੋ ਸਾਹਮਣੇ ਵੇਖ ਕੇ ਵੀ ਕਰੋ ਆਹ ਫੱਟੀ ਦੇ ਉਧਰ ਵੇਖੋ ਮੇਰੀ ਸਾਈਡ ਹੋਈ ਕਿੱਡੇ ਰੋਣਾ ਬਹਿ ਜਾਂਦੇ ਥੱਲੇ ਬਹਿ ਜਾਓ ਉਹ ਦੱਸ ਨਹੀਂ ਹਾਂ ਰੋਣਾ ਕਿਉਂ ਲੱਗੀ ਅਗਰ ਨਹੀਂ ਬੈਠੇ ਤਾਂ
ठीक है बचल ला हूँ जुड़ी ओडा मामा ने उड़िया बनेविया थोड़ी लाओ मुंह ते थोड़ी उधर देख लो बावा ते लाओ थोड़ा इधर नाल चलो सामने चलो जल्दी सामने देखो करो फिर इन पहलो इधर वे बिजमिंदर एक पर व्हाट्सएप ले गए मेला दूजे फोन पर चलो ठीक है उसको गाना बज गया और फिर देखो इधर सामने देखो इधर राज इधर वे मन्नत किड्डी सोहनी लगन दी वोटी मिलो मेरी भूआ नाल हम सारे बह जाते ने मूह आवाज ही निकलती
बोलिया करो कुछ। हेलो चाची एक स्लोमो च बनानी आ लहंगा देखो कि प्यारा और सहज अपनी मेहंदी दिखा दूजी ऐदा करी दी है देखो और सहज ते आज दा व्लॉग मैं इत्थे एंड कर दी हाँ सहज दे नाल ही जे तुहानू साडी वीडियो वधिया लगी भूआ भरी जी असीं एंड करदे हाँ वीडियो दा जे तुहानू साडी वीडियो वधिया लगे तो लाइक कमेंट ते चैनल नू सबसक्राइब जरूर करे ते मिलांगे नैक्सट व्लॉग च बाय बाय।